खन्ना के अधीन आते हल्का पायल के गांव गोविंदपुरा में छुट्टी पर घर आए फौजी की संदिग्ध हालत में मौत हो गई है। पंजाब रेजिमेंट के जवान गुरजीत सिंह, जिनकी उम्र 30 वर्ष बताई जाती है, कि ड्यूटी चीन के बॉर्डर पर थी, वह कल ही वापस आया था। मेरा ब्रदर छुट्टी आए थी। अच्छा जी। वो 3 बजे आया, फिर 3:30 बजे पैर चलेगा उदो मगरों सन फोन आया 4:30 बजे, उन्होंने कहें भी गिर गया उत्थे। वो कहें भी सिविल से हस्पताल दाखिल करा था। जब अभी सिविल से गए उन्होंने ग्लूकोज लाया थी, उन्होंने पूछा भी डॉक्टर, वो कहते डॉक्टर कोई है नहीं। फिर वो कहें भी खन्ने रैफर कर देंगे, अभी भी खन्ने ही लैके आना, अभी दराहे लै जाने। फिर अभी प्राइवेट गड्डी करी दराहे लै गए, सिद्धू से लैके गए। उन्होंने कहते ECG कर लेने, वो ECG कर तो 2 मिनट बाद वो कहते जल्दी लै जाओ, कहते पूरा हो गया। कारण तो हम डॉक्टर पता या रब न पता जी। किन्ने चिर छुट्टी आए थे? छुट्टी आया 8 महीने बाद छुट्टी आया जी। इतने है कितने भर्ती कितने से? ये लेह लद्दाख चाइना के बॉर्डर से थी। किन्नी उम्र थी? उम्र 30 साल थी। ये कल जी छुट्टी आया चीन के बॉर्डर तो। अच्छा जी। ये नहीं पता भी किन्ने दिन की छुट्टी आया, ये मैनू नहीं मिले है। अच्छा। ये मैं तो कम तो आया तो मैनू आके एक बंदा आके कहना भी वो हस्पताल दाखिल करवाया है। अच्छा जी। ਡਿਗਿਆ ਪਿਆ ਸੀਗਾ ਵੀ ਹਸਪਤਾਲ 'ਚ ਦਾਖਲ ਕਰਵਾਇਆ। ਮੈਂ ਕਿਹਾ ਵੀ ਚੱਲ ਮੈਂ ਪੱਠੇ ਲੱਦੇ ਹੋਏ ਸੀਗੇ, ਪੱਠੇ ਲੱਗ ਕੇ ਮੈਂ ਕਿਹਾ ਵੀ ਮੈਂ ਹੌਲੀ ਹੌਲੀ ਸਾਈਕਲ 'ਤੇ ਆਉਂਦਾ, ਮੈਂ ਆ ਜਾਂਦਾ ਮੋਟਰਸਾਈਕਲ, ਮੈਂ ਕਿਹਾ ਖੜਾ ਕਰੇ ਮੈਂ ਚੱਕ ਕੇ ਆ ਜਾਂਦਾ। ਉਹ ਕਹਿੰਦਾ ਨਹੀਂ ਛੇਤੀ ਆ ਜਾ, ਕਹਿੰਦਾ ਵੀ ਛੇਤੀ ਆ ਜਾ, ਮੈਂ ਕਿਹਾ ਵੀ ਛੇਤੀ ਆ ਜਾ ਵੀ ਮੈਂ ਕਹਿੰਦਾ ਵੀ ਇੱਥੇ ਹੀ ਰੱਖ ਲਾ ਪੱਠੇ ਵੀ ਸਾਈਕਲ ਇੱਥੇ ਹੀ ਖੜਾ ਰਹਾਂਗੇ। ਮੈਂ ਕਿਹਾ ਚੱਲ ਮੈਂ ਤਾਂ ਆ ਗਿਆ ਇੱਡੀ ਛੇਤੀ ਸੀ ਤਾਂ। ਜਦ ਮੈਂ ਘਰ ਆਇਆ ਉਹ ਮੈਨੂੰ ਆ ਕੇ ਫੇਰ ਇੱਥੋਂ ਉਠਾ ਕੇ ਲੈ ਗਿਆ ਮੋਟਰਸਾਈਕਲ। ਜਾ ਕੇ ਮੈਂ ਦੇਖਿਆ ਕੋਈ ਡਾਕਟਰ ਨਹੀਂ, ਕੋਈ ਕੁਝ ਨਹੀਂ ਸੀਗਾ ਉੱਥੇ। ਗਲੂਕੋਜ਼ ਲਾਇਆ ਸੀਗਾ, 2 ਜਨਾਨੀਆਂ ਸੀਗੀਆਂ। ਕਿੰਨੀ ਕੁ ਉਮਰ ਸੀਗੀ ਇਹਦੀ ਮੁੰਡੇ ਦੀ? ਹਾਂਜੀ ਹਾਂਜੀ, ਜਨਾਨੀਆਂ ਹੋਣੀਆਂ 35-35, 40-40, 30 ਸਾਲ ਦੀ ਉਮਰ ਸੀ। ਕਿੰਨਾ ਚਿਰ ਹੋ ਗਿਆ ਸੀਗਾ ਭਰਤੀ ਹੋਇਆ? ਮੈਨੂੰ 12 ਸਾਲ ਦੇ ਗਏ। ਕਿੱਥੇ ਭਰਤੀ ਕਿੱਥੇ ਹੋਇਆ ਸੀ? ਭਰਤੀ ਹੋਇਆ ਸੀਗਾ ਲੁਧਿਆਣੇ। ਅੱਛਾ ਜੀ। ਕੀ ਪਤਾ ਪੁੱਤਾਂ, ਇਹ ਤਾਂ ਚੰਗਾ ਭਲਾ ਘਰੋਂ ਉੱਥੋਂ ਆਇਆ, ਆ ਕੇ ਕਹਿੰਦਾ ਕੱਪੜੇ ਬਦਲੇ ਨੇ, ਕੱਪੜੇ ਬਦਲ ਕੇ ਕਹਿੰਦਾ ਮੈਂ ਤਾਂ ਪੈਲ ਜਾਣਾ, ਮੈਂ ਮੁੰਡੇ ਨਾਲ ਖੇਡਣ ਲੱਗ ਗਿਆ। ਬਸ 15 ਕੁ ਮਿੰਟ ਕਰ ਰਿਹਾ, ਪੈਲ ਚਲੇ ਗਿਆ। ਪੈਲ ਕੋਈ ਮਿੱਤਰ ਮਿਲੀ ਇਹੋ ਜਿਹਾ ਮਿਲਿਆ ਬਾਬੇ ਨੇ, ਪਤਾ ਨਹੀਂ ਕੀ ਕਰਿਆ ਕੀ ਨਹੀਂ। ਇਹ ਸਾਨੂੰ ਤਾਂ ਫਿਰ ਹੀ ਪਤਾ ਲੱਗੇ ਜਾਂ ਸਰੀ ਕਹਾਣੀ ਲੱਗ ਗਈ। ਕਿੰਨੀ ਉਮਰ ਸੀ ਆਪਣੇ ਬੇਟੇ ਦੀ? ਹੋ ਗਈ 30 ਸਾਲ ਦੀ। ਚੰਗਾ ਭਲਾ ਗਿਆ ਪਹਿਲਾਂ, ਉਥੋਂ ਚੰਗਾ ਭਲਾ ਆਇਆ। ਕਿੱਥੇ ਡਿਊਟੀ ਕਿੱਥੇ ਕਰਦੇ ਸੀ? ਜੁਆਇੰਟ ਚ ਉੱਥੇ ਬਾਰਡਰ ਤੇ, ਚਾਈਨਾ ਦੇ ਬਾਰਡਰ ਤੇ ਸੀ। ਸਵੇਰੇ ਮੇਰੇ ਕੋਲ 11 ਕੁ ਵਜੇ ਫੋਨ ਆਇਆ ਜੀ, ਉਹਦਾ ਵੀਡੀਓ ਕਾਲ ਕੀਤੀ, ਬੱਚਿਆਂ ਨਾਲ ਗੱਲ ਕਰੀ ਆ, ਕਹਿੰਦੇ ਭੈਣ ਮੈਂ ਛੁੱਟੀ ਆਇਆ ਵੀ ਮੈਂ ਆ ਗਿਆ। ਮੈਂ ਬਹੁਤ ਮਿੰਨਤਾਂ ਕਰੀ, ਮੈਂ ਕਿਹਾ ਚੱਲ ਤੂੰ ਮੇਰੇ ਕੋਲ ਆ ਜਾ ਵੀ ਆਪਾਂ ਸ਼ਾਮ ਰਾਤ ਰਹੀ ਮੇਰੇ ਕੋਲ, ਮੈਂ ਸਵੇਰ ਨੂੰ ਚੱਲਾਂਗੇ ਆਪਾਂ। ਕਹਿੰਦੇ ਭੈਣ ਮੈਂ ਦੂਏ ਖੰਨੇ ਵਾਲੇ ਰਸਤੇ ਕਹਿੰਦੇ ਆ ਗਿਆ ਵੀ ਹੁਣ ਤਾਂ ਮੈਂ ਘਰ ਨੂੰ ਜਾਊਂ, ਵੀ ਗੱਡੀ ਕੀਤੀ ਹੋਈ ਆ ਵੀ ਮੇਰੇ ਕੋਲ ਬੈਗ ਵੀ ਨੇ, ਮੇਰਾ ਹੁਲੀਆ ਕਹਿੰਦੇ ਠੀਕ ਨਹੀਂ ਹੈਗਾ ਵੀ ਵਾਲ ਬੁਲ ਕਟਾਉਣ ਵਾਲੇ ਨੇ। ਕਹਿੰਦੇ ਮੈਂ ਘਰੇ ਜਾਊਂਗਾ, ਨਾਲ ਵਾਲ ਬੁਲ ਕਟਾਊਂਗਾ, ਨਹਾ ਦੂੰਗਾ, ਆਰਾਮ ਕਰ ਲੂੰਗਾ, ਵੀ ਮੈਂ 2 ਦਿਨ ਠਹਿਰ ਕੇ ਤੇਰੇ ਕੋਲ ਆਊਂਗਾ। ਮੈਨੂੰ ਤਾਂ ਅੱਜ ਸਵੇਰੋਂ ਪਤਾ ਲੱਗਿਆ ਜਦੋਂ ਮੈਂ ਇੱਥੇ ਆਈ ਵੀ ਆਹ ਕੁਛ ਹੋਇਆ। ਖੰਨਾ ਸੇ ਨਿਊਜ਼ DNN ਕੇ ਲਿਏ ਸੰਜੇ ਸੈਨੀ ਕੀ ਰਿਪੋਰਟ। ਸਬਸਕ੍ਰਾਈਬ ਟੂ ਆਵਰ YouTube ਚੈਨਲ ਨਿਊਜ਼ DNN ਬਾਈ ਕਲਿਕਿੰਗ ਦ ਬੈਲ ਆਈਕਨ। ਡੋਂਟ ਫਰਗੇਟ ਟੂ ਲਾਈਕ, ਕਮੈਂਟ ਐਂਡ ਸ਼ੇਅਰ।